ਹੋਰ ਬਹੁਤ ਨਵਾਂ ਖਾਸ ਵਲੌਗ ਲਿਆਉਣ ਲੱਗੇ ਅਸੀਂ ਦੁਬਈ ਦਾ ਗੇੜਾ ਕੱਢਦੇ ਹਾਂ ਤਾਂ ਮੀਨਾ ਬਾਜ਼ਾਰ 'ਚ ਹਾਂ ਮੀਨਾ ਬਾਜ਼ਾਰ ਜਿੱਥੇ ਤੁਹਾਨੂੰ ਸਾਰੀ ਦੇਸੀ ਦੁਕਾਨਾਂ ਲੱਭਦੇ ਹੈ ਤਾਂ ਰੈਸਟੋਰੈਂਟ ਕੱਪੜੇ ਦੀ ਦੁਕਾਨਾਂ ਤਾਂ ਹੋਰ ਬਹੁਤ ਆਪਣੇ ਦੇਸੀ ਸਮਾਨ ਵੇਚਣ ਵਾਲੇ ਜੂਲਰੀ ਵਾਲੇ ਵੀ ਹੈਗੇ ਆ ਜੁੱਤੀਆਂ ਗੰਢੇ ਵੀ ਮਿਲ ਜਾਂਦੇ ਆ ਤਾਂ ਦੇਖਦੇ ਹਾਂ ਇੱਥੇ ਕੀ ਹੈਗਾ ਆ ਮੀਨਾ ਬਾਜ਼ਾਰ 'ਚ ਵੈਸੇ ਆਪਣਾ ਕਹਿ ਲੈਂਦੇ ਕਿ ਜਿੱਦਾਂ ਆਪਣਾ ਸਾਊਥ ਵੱਲ ਨਹੀਂ ਹੈਗਾ ਆ ਹਾਂਜੀ ਉਸ ਤਰ੍ਹਾਂ ਦਾ ਜਾਂ ਮੀਨਾ ਬਾਜ਼ਾਰ ਆਪਣੇ ਇੰਡੀਆ 'ਚ ਆ ਸੂਟ ਦੀਆਂ ਦੁਕਾਨਾਂ ਬਹੁਤ ਆ ਅਤੇ ਚਾਹ ਪੀਂਦੇ ਆ ਕੇ ਇੱਥੇ ਲਿਖਿਆ ਬਲੈਕ ਗ੍ਰੀਨ ਮਸਾਲਾ ਟੀ 2 ਡਰਮ ਦੀ ਜਾਂਦੇ ਅੰਦਰ ਪੀਂਦੇ ਹਾਂ ਪੀਂਦੇ ਚਾਹ ਮਸਾਲਾ ਚਾਹ ਪੀਂਦੇ ਹਾਂ ਅਤੇ ਜਾ ਰਹੇ ਹਾਂ ਹਾਂਜੀ ਚਾਹ ਪੀਣ ਆਏ ਹਾਂ ਮੀਨਾ ਬਾਜ਼ਾਰ ਤਾਂ ਅਤੇ ਵੈਸੇ ਆਹ ਵੀ ਲੱਤਾਂ ਦੁੱਖਣ ਵਾਲੀ ਗੱਲ ਹੈਗੀ ਆ ਇੱਥੇ ਬਫੇ ਵੀ ਲਾਇਆ ਇਹਨਾਂ ਨੇ ਦੇਖੋ ਹੈ ਨਾ ਯਾਦ ਆਉਂਦੀ ਵੈਸੇ ਇੰਡੀਆ ਦੀ ਲਿਖਿਆ ਪ੍ਰਾਇਓਰਿਟੀ ਟੂ ਫੈਮਲੀਜ਼ ਇੱਥੇ ਫੈਮਲੀਜ਼ ਬਹਿ ਸਕਦੀਆਂ ਹੈ ਬਾਹਰ ਇੱਥੇ ਛੜੇ ਬਹਿ ਸਕਦੇ ਹੈ ਬਾਹਰ ਛੜਿਆਂ ਲਈ ਛੜਿਆਂ ਦੀ ਫੌਜ ਅਤੇ ਦੇਖੀਏ ਬਫੇ ਦਾ ਦੇਖੀਏ ਕੀ ਹੈਗਾ ਹੈ ਆਹ ਰਾਜਮਾ ਜਿਹੀ ਕੋਈ ਚੀਜ਼ ਲੱਗਦੀ ਆਲੂ ਤਾਂ ਕੁਛ ਚੌਲ ਇੱਥੇ ਸੈਲਡ ਇੱਥੇ ਬਫੇ ਖਾਣ ਵਾਲਾ ਸਿਸਟਮ ਆ ਉੱਤੇ ਲੋਕ ਖਾਂਦੇ ਆ ਇੱਕ ਮੈਨਿਊ ਵੀ ਫੜਿਆ ਆ ਪੀਣੀ ਤਾਂ ਚਾਹ ਹੀ ਆ ਚਾਹ ਪੀਣ ਆਏ ਹੈਗੇ ਆ ਪਰ ਇੱਥੇ ਵਧੀਆ ਵੈਸੇ ਮੈਨੂੰ ਤਾਂ ਲੱਗਦਾ ਜਾਂ ਇੰਡੀਆ ਹੀ ਹੁੰਦਾ ਹੈ ਹੈਂ ਗਰਮੀ ਵੀ ਹੈਗੀ ਆ ਕੂਲਰ ਵੀ ਲੱਗੇ ਹੋ ਪੱਖੇ ਵੀ ਇੱਥੇ ਹੈਗੇ ਆ ਤਾਂ ਲੱਗਦਾ ਤਾਂ ਜਿੱਦਾਂ ਅਸੀਂ ਇੰਡੀਆ ਹੀ ਹੁੰਦੇ ਹਾਂ ਚਾਹ ਕਿੱਦਾਂ ਦੀ ਚਾਹ ਹੁਣ ਪੀ ਕੇ ਦੱਸ ਰਹੇ ਅੱਛਾ ਪੀਤੀ ਨਹੀਂ ਹੈ ਮੈਨੂੰ ਤਾਂ ਬਹੁਤ ਸਵਾਦ ਲੱਗਦੀ ਮਸਾਲੇ ਵਾਲੀ ਚਾਹ ਤਿੱਖਾ ਮਸਾਲਾ ਪਾਇਆ ਚੰਗਾ ਰੱਖ ਕੇ ਚੰਗਾ ਆ ਦੇਖੋ ਰੰਗ ਦੇਖੋ ਕਿੱਦਾਂ ਦਾ ਆ ਚਾਹ ਖੜਕਾਤੀ ਤਾਂ ਹਾਂਜੀ ਮਿਲੇ ਵੀ ਲੋਕ ਇੱਕ ਤਾਂ ਮਿਲਿਆ ਉੱਤਰਾਖੰਡ ਦਾ ਵਿੱਚ ਹਾਂਜੀ ਵੇਟਰ ਸੀਗਾ ਉੱਤਰਾਖੰਡ ਦਾ ਇੱਕ ਸੀਗਾ ਕਸਟਮਰ ਸੋਮਨਾਥ ਉਹ ਸੀ ਗੁਜਰਾਤ ਮੰਦਰ ਦੇ ਨੇੜੇ ਦਾ ਸੀ ਤਾਂ ਉਹ ਆਪਣੀਆਂ ਗੱਲਾਂ ਸੁਣਾਉਂਦਾ ਸੀ ਤਾਂ ਕਹਿੰਦਾ ਸੋਮਨਾਥ ਕਦੇ ਦੇਖ ਆਏ ਮੈਂ ਕਿਹਾ ਨਹੀਂ ਕਹਿੰਦਾ ਕਿਉਂ ਨਹੀਂ ਆਏ ਉਹਨੂੰ ਡਰਾਈ ਦਿੱਤਾ ਬੰਦੇ ਨੇ ਕਿਉਂ ਨਹੀਂ ਆਏ ਕਹਿੰਦਾ ਕਿਉਂ ਨਹੀਂ ਆਏ ਜਾਣਾ ਪੈਣਾ ਸੋਮਨਾਥ ਮੰਦਰ ਚਲੋ ਆਹ ਦੇਖੋ ਹੋਰ ਸੂਟ ਦੀਆਂ ਦੁਕਾਨਾਂ ਵੈਸੇ ਲੱਗਦਾ ਜਿੱਦਾਂ ਬਾਜ਼ਾਰ ਚ ਆਏ ਹੁੰਦੇ ਹੈ ਇੰਡੀਆ ਚ ਹੈ ਨਾ ਪੂਰਾ ਬਾਜ਼ਾਰ ਪੂਰਾ ਇੱਥੇ ਹੈਗੀ ਇੰਡੀਆ ਵਰਗੀ ਗਰਮੀ ਸਾਈਡ ਸਟ੍ਰੀਟ ਆ ਆਹ ਹੋਰ ਸੂਟ ਦਾ ਸੂਟ ਦੀ ਦੁਕਾਨ ਇੱਥੇ ਇੰਡੀਆ ਵਰਗੀ ਗਰਮੀ ਤਾਂ ਨਹੀਂ ਇੰਡੀਆ ਤੋਂ ਜ਼ਿਆਦਾ ਮੰਗਾ ਵੀ ਹੈਗੀ ਮੰਗਾ ਵੀ ਮੈਚ ਕਰਕੇ ਜੂਲਰੀ ਵੀ ਹੈਗੀ ਹੈ ਮੰਗਾ ਲੈਣੀਆਂ ਹੋਵੇ ਉਹਦੀ ਜੂਲਰੀ ਆ ਉੱਥੇ ਹੈਗੀ ਆ ਤੇ ਜੂਲਰੀ ਵੀ ਹੋਰ ਮੰਗਾ ਲੈ ਲਓ ਮੰਗਾ ਤਾਂ ਇਅਰਿੰਗਸ ਵੀ ਆ ਜੇ ਅਸੀਂ ਲੈਣਾ ਹੋਵੇ ਕਾਫੀ ਸਮਾਨ ਲੈ ਹੋ ਸਕਦਾ ਜੇ ਤੁਹਾਡੀ ਚੋਇਸ ਦਾ ਕੋਈ ਮੈਚਿੰਗ ਹੋਵੇ ਇਹ ਕੁਆਲਿਟੀ ਹੋਣੀ ਕਿ ਦੇਖੋ ਇਹ ਕੁਆਲਿਟੀ ਹੈ ਇਹ ਅੱਛੀ ਕੁਆਲਿਟੀ ਹੈ 20 ਵਾਲੀ ਕੁਆਲਿਟੀ ਹੈ ਹਾਂਜੀ ਇਹ ਅੰਬੋਸ ਦੇ ਵਿੱਚ ਗੋਲਡ ਦੇ ਨਾਲ ਹਾਂ ਹਾਂ ਅੱਛਾ ਪੰਜ ਰੰਗ ਤੁਹਾਨੂੰ ਮਿਲਣਗੇ ਠੀਕ ਹੈ ਠੀਕ ਹੈ ਅੱਛੀ ਕੈਟ ਡਿਜ਼ਾਈਨ ਜੀ ਇੱਕ ਕੈਟ ਡਿਜ਼ਾਈਨ ਜੀ ਦੋ ਡਿਜ਼ਾਈਨ ਜੀ ਪੰਜ ਪੰਜ ਕਲਰ ਇੱਕ ਇਹ ਕੁਆਲਿਟੀ ਹੈ ਹਾਂਜੀ 20 ਵਾਲੀ ਕੁਆਲਿਟੀ ਹੈ ਠੀਕ 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 ਇਹ ਤੁਹਾਨੂੰ 20 ਰੁਪਏ ਗੱਜ਼ ਵੀ ਲੱਭੇਗਾ ਇਹਦਾ ਮਹਾਰਾਣੀਆਂ ਵਾਂਗੂ ਬਹਿ ਗਈ ਸੂਟ ਖਰੀਦ ਕੇ ਲੈ ਹੀ ਲਿਆ ਮੈਂ ਹੋਰ ਵੀ ਦੇਖ ਰਹੀ ਹਾਂ ਆਹ ਲੈ ਲਿਆ ਹੋਰ ਵੀ ਲੈਣੇ ਹਜੇ ਦੇਖੋ ਹਾਂਜੀ ਆਹ ਆਹ ਕਿੰਨੇ ਦਾ ਹੈ ਤੁਹਾਨੂੰ ਮਿਲੇਗਾ 30 ਰੁਪਏ ਗੱਜ਼ ਬਹੁਤ ਪਿਆਰੀ ਆਈਟਮ ਹੈ ਤੁਹਾਡੇ ਨਾਲ ਤੁਹਾਨੂੰ ਇੰਡੀਆ ਦਾ ਲੱਭਣੀ ਹੈ ਤੇ ਨਾ ਯੂਕੇ ਲੱਭਣੀ ਅਸੀਂ ਅਸੀਂ ਲਿਆ ਇਹਦੇ ਨਾਲ ਦਾ ਕੱਲ ਸਿੱਧਾ ਲਿਆ ਸੀਗਾ ਪਰ ਮਿਲਦਾ ਜੁਲਦਾ ਹੈ ਇਹ ਚੀਜ਼ ਨਹੀਂ ਲਈ ਹੋਣੀ ਹੈ ਕਿਉਂਕਿ ਮਿਲਦਾ ਜੁਲਦਾ
सारा जेड़ा ना कपड़ा तैयार होया है खड्डियां उत्ते खड्डी समझ लो। हां जी हां जी हैंडलूम हैंडलूम का तैयार होया। ठीक है ठीक है ठीक है ये सोना है। चलो जी वो ले लिया 40 रुपए भाई बढ़िया आ थल्ले वाले दिखाई बढ़िया आ लेंदा ता है इत थल्ले वाला इत ऊपर ऊपर आ वाला। हां जी आ लेंदा हां लेंदा हां जी और कपड़ा तो पसंद आया आ ऑर्गेंजा चूड़ियां पहुंच गए सोना डिजाइन अच्छे हैं आपके देखो कई तरह नहीं है ये पूरा इसमें आपको देखेंगे तो दूल्हा दुल्हन वरमाला पहना रहे हैं। हाँ ये पूरा टेंपल जैसा लुक है और इसमें शिव परिवार है के ऊपर टेंपल के ऊपर ये देखिए कितनी बारीकी से बनाया ना। हाँ जी और ये ऊपर वाला है जो ये राम परिवार है। ओ राम परिवार ये हनुमान जी है और इसकी चेन पे भी बने हुए है ना हनुमान जी बने हुए ये नर्तकी बनी है। यहाँ पे सीता जी राम जी लक्ष्मण जी और बजरंग बली जी है ये देखिए। आपको चेन और पेंडेंट 6 ग्राम का है और ये आपको 3 ग्राम छोटे पेंडेंट से आ गए। हाँ जी हाँ जी हाँ जी छोटे पेंडेंट से आ गए हैं और इसे छोटे पेंडेंट अभी चेक करते हैं अभी चेक कर दे। हाँ सोना लगा सोना लगा हाँ लगा सोना ये भी अच्छा निकले आए हैं सोने की दुकान तो बढ़िया समान से का वैसे बढ़िया समान सी भाई बढ़िया समान ता और वैसे ਤੁਹਾਨੂੰ ਦੁਕਾਨਾਂ ਇੱਦਾਂ ਦੀਆਂ ਸਾਰੇ ਪਾਸੇ ਇੱਦਾਂ ਦੀਆਂ ਮਿਲਦੀਆਂ ਹੈ ਤਾਂ ਸੋਨਾ ਵੀ ਦੇਖ ਲਿਆ ਸੂਟ ਵੀ ਦੇਖ ਲਏ ਬੰਗਾ ਵੀ ਦੇਖ ਲਈਆਂ ਚਾਹ ਵੀ ਪੀ ਲਈ ਚਾਹ ਵੀ ਪੀ ਲਈ ਤਾਂ ਇਹ ਸੀਗਾ ਸਾਡਾ ਮੀਨਾ ਬਾਜ਼ਾਰ ਦਾ ਵਲੌਗ ਉਮੀਦ ਹੈ ਕਿ ਵਧੀਆ ਲੱਗਿਆ ਜਿਉਂਦੇ ਰਹੋ ਹੱਸਦੇ ਰਹੋ ਵੱਸਦੇ ਰਹੋ ਰੱਬ ਰੱਖਾ ਰੱਬ ਰੱਖਾ।